ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ਼ਰਨ ਡੈਲਵਿੰਗ ਵੀਜ਼ਾਜ਼ ਐਂਡ ਇਮੀਗ੍ਰੇਸ਼ਨ ਅੰਬਾਲਾ ਸੇ ਜਿੱਦਾਂ ਕਿ ਅੱਜ ਦੇ ਦੌਰ 'ਤੇ ਹਰ ਬੱਚੇ ਹਰ ਮਾਂ ਬਾਪ ਦਾ ਸੁਪਨਾ ਹੈ ਕਿ ਉਹਨਾਂ ਦਾ ਬੱਚਾ ਵਧੀਆ ਤੋਂ ਵਧੀਆ ਐਜੂਕੇਸ਼ਨ ਪ੍ਰਾਪਤ ਕਰੇ ਇੰਡੀਆ ਤੋਂ ਬਾਹਰ ਜਾ ਕੇ ਆਪਣੀ ਪੜ੍ਹਾਈ ਪੂਰੀ ਕਰੇ ਜਾਂ ਇੰਡੀਆ ਤੋਂ ਬਾਹਰ ਜਾ ਕੇ ਸੈਟਲ ਹੋਏ ਲੇਕਿਨ ਚਾਹੇ ਤੁਸੀਂ ਸਟੱਡੀ ਵੀਜ਼ਾ 'ਤੇ ਬਾਹਰ ਜਾਣਾ ਹੋਏ ਜਾਂ ਤੁਸੀਂ ਇੰਡੀਆ ਤੋਂ ਡਾਇਰੈਕਟ ਪੀ ਆਰ ਲਈ ਅਪਲਾਈ ਕਰਨਾ ਹੋਏ ਫੋਰਮੋ ਸਟੈਪ ਜਿਹੜਾ ਰਹਿੰਦਾ ਵਾ ਉਹ ਰਹਿੰਦਾ ਹੈ ਆਇਲਸ ਦਾ ਆਇਲਸ ਇੱਕ ਮੈਂਡੇਟਰੀ ਸਟੈਪ ਹੋ ਗਿਆ ਹੈ ਚਾਹੇ ਸਟੱਡੀ ਵੀਜ਼ਾ ਹੋਏ ਚਾਹੇ ਪੀ ਆਰ ਲਈ ਹੋਏ ਉਹ ਸਾਰਿਆਂ ਬੱਚਿਆਂ ਲਈ ਜਿਨ੍ਹਾਂ ਦੀ ਆਇਲਸ ਕਿਸੇ ਨਾ ਕਿਸੇ ਰੀਜ਼ਨ ਦੀ ਵਜ੍ਹਾ ਨਾਲ ਚਾਹੇ ਦੂਜੇ ਇੰਸਟੀਟਿਊਟਸ ਦੀ ਫੀਸ ਅਫੋਰਡੇਬਲ ਨਾ ਹੋਏ ਜਾਂ ਉਹਨਾਂ ਨੂੰ ਆਇਲਸ ਬਹੁਤ ਮੁਸ਼ਕਿਲ ਲੱਗਦੀ ਹੈ ਉਹਨਾਂ ਬੱਚਿਆਂ ਲਈ ਇੱਕ ਬਹੁਤ ਅੱਛਾ ਆਪਸ਼ਨ ਹੈ ਡੈਲਵਿੰਗ ਓਵਰਸੀਜ਼ ਦੇ ਨਿਊ ਬੈਚਸ ਸ਼ੁਰੂ ਹੋ ਰਹੇ ਨੇ ਫਰੋਮ 16th of April ਹਰ ਕੋਈ ਬੱਚਾ ਇੱਥੇ ਆ ਕੇ ਐਡਮਿਸ਼ਨ ਲੈ ਸਕਦਾ ਹੈ ਦ ਬੈਸਟ ਪਾਰਟ ਆਫ ਦ ਡੈਲਵਿੰਗ ਓਵਰਸੀਜ਼ ਇਜ਼ ਕਿ ਜਿੰਨੀ ਵੀ ਫੈਕਲਟੀ ਤੁਹਾਨੂੰ ਇੱਥੇ ਮਿਲੇਗੀ ਸਾਰੀ ਦੀ ਸਾਰੀ ਵੈਲ ਕੁਆਲੀਫਾਈਡ ਬ੍ਰਿਟਿਸ਼ ਕਾਉਂਸਲ ਟ੍ਰੇਨਡ ਫੈਕਲਟੀ ਹੈ ਜਿਨ੍ਹਾਂ ਬੱਚਿਆਂ ਨੂੰ ਆਇਲਸ ਮੁਸ਼ਕਿਲ ਲੱਗਦੀ ਹੈ ਉਹ ਇੱਕ ਟ੍ਰੇਨਡ ਫੈਕਲਟੀ ਨਾਲ ਰਹਿ ਕੇ ਉਹਨਾਂ ਦੀ ਗਾਈਡੈਂਸ 'ਚ ਰਹਿ ਕੇ ਇੱਕ ਈਜ਼ੀ ਤਰੀਕੇ ਨਾਲ ਆਪਣਾ ਆਇਲਸ ਬੈਂਕ ਸਕੋਰ ਵਧੀਆ ਕਰ ਸਕਦੇ ਨੇ ਦੂਜੀ ਗੱਲ ਜਿਹੜਾ ਫੀਸ ਸਟਰਕਚਰ ਹੈ ਉਹ ਹਰ ਕਲਾਸ ਆਫ ਬੱਚੇ ਵਾਸਤੇ ਅਫੋਰਡੇਬਲ ਰਹੇਗਾ ਜਿੰਨੀ ਵੀ ਤੁਹਾਡਾ ਬੁੱਕਸ ਹੈ ਸਟੱਡੀ ਮਟੀਰੀਅਲ ਜੋ ਤੁਹਾਨੂੰ ਰਹੇਗਾ ਦੈਟ ਇਜ਼ ਕੰਪਲੀਟਲੀ ਫ੍ਰੀ ਤੁਸੀਂ ਡੈਮੋ ਕਲਾਸਿਸ ਲਈ ਅਪਲਾਈ ਕਰ ਸਕਦੇ ਹੋ ਕਾਈਂਡਲੀ ਪਲੀਜ਼ ਤੁਸੀਂ ਜਲਦ ਤੋਂ ਜਲਦ ਆਪਣੀ ਐਨਰੋਲਮੈਂਟਸ ਕਰਾਓ ਤਾਂ ਕਿ ਤੁਹਾਡੇ ਲਈ ਕੋਈ ਵੀ ਕਿਸੇ ਵੀ ਤਰੀਕੇ ਦਾ ਸੈਸ਼ਨ ਜੋ ਹੈ ਉਹ ਮਿਸ ਨਾ ਹੋ ਪਾਏ ਨਾਲੋ ਨਾਲ ਤੁਹਾਨੂੰ ਇੱਕ ਹੋਰ ਨਿਊਜ਼ ਦੇਣਾ ਚਾਹਾਂਗੀ ਆਇਲਸ ਦੀ ਕਲਾਸਿਸ ਲਈ ਮੇਰੀ ਆਪਣੀ ਪਰਸਨਲ ਤਰਫ ਤੋਂ ਟਿਪਸ ਐਂਡ ਟੈਕਨੀਕ ਕਲਾਸਿਸ ਹੋਇਆ ਕਰਨਗੀਆਂ ਵੀਕਲੀ ਹਰ ਵੀਕ ਮੇਰੀ ਤਰਫ ਤੋਂ ਇੱਕ ਕਲਾਸਿਸ ਤੁਹਾਨੂੰ ਦਿੱਤੀਆਂ ਜਾਣਗੀਆਂ ਤਾਂ ਕਿ ਤੁਹਾਡਾ ਬੇਸਿਕ ਸਾਰੇ ਰੂਲਸ ਤੁਹਾਨੂੰ ਜੋ ਹੋਣ ਉਹ ਕਲੀਅਰ ਹੋ ਜਾਣ ਰੈਸਟ ਇਨਫੋਰਮੇਸ਼ਨ ਜਾਂ ਐਡਮਿਸ਼ਨ ਲਈ ਤੁਸੀਂ ਸਾਡੇ ਹੈੱਡ ਆਫਿਸ ਅੰਬਾਲਾ 'ਚ ਵਿਜ਼ਿਟ ਕਰ ਸਕਦੇ ਹੋ ਜਾਂ ਸਾਡੀ ਸਕਰੀਨ 'ਤੇ ਦਿੱਤੇ ਹੋਏ ਨੰਬਰਸ 'ਤੇ ਕਾਲ ਕਰ ਸਕਦੇ ਹੋ ਥੈਂਕ ਯੂ